ਇੱਕ ਨੌਜਵਾਨ ਨਹਿਰ ਦੇ ਵਿੱਚ ਡੁੱਬ ਗਿਆ ਜੋ ਆਪਣੇ ਨਾਨਕੇ ਘਰ ਗਿਆ ਸੀ। ਨੌਜਵਾਨ ਦਾ ਨਾਮ ਮੇਵਾ ਸਿੰਘ ਹੈ ਜੋ ਆਪਣੇ ਸਾਥੀਆਂ ਨਾਲ ਨਹਿਰ ਤੇ ਨਹਾਉਣ ਗਿਆ ਸੀ, ਪਰ ਨਹਿਰ ਦੇ ਵਿੱਚ ਨਹਾਉਂਦੇ ਹੋਏ ਉਸ ਨਾਲ ਇਹ ਭਾਣਾ ਵਾਪਰ ਜਾਂਦਾ ਤੇ ਉਹ ਨਹਿਰ ਦੇ ਵਿੱਚ ਡੁੱਬ ਜਾਂਦਾ। ਡੁੱਬਣ ਕਾਰਨ ਨੌਜਵਾਨ ਹੁਣ ਲਾਪਤਾ ਹੋ ਗਿਆ, ਜਿਸ ਦੀ ਭਾਲ ਗੋਤਾਖੋਰਾਂ ਵੱਲੋਂ ਕੀਤੀ ਜਾ ਰਹੀ ਹੈ। ਇਹ ਘਟਨਾ ਮੋਗਾ ਦੇ ਬਾਗਾ ਪੁਰਾਣਾ ਦੇ ਪਿੰਡ ਸਮਾਲਸਰ ਦੇ ਕੋਲ ਤੋਂ ਸਾਹਮਣੇ ਆਈ ਹੈ, ਜਿੱਥੇ ਫੀਡਰ ਨਹਿਰ ਦੇ ਵਿੱਚ ਨੌਜਵਾਨ ਨਹਾਉਂਦੇ ਹੋਏ ਡੁੱਬ ਗਿਆ ਅਤੇ ਸਮਲਸਰ ਦੇ ਵਿੱਚ ਉਹ ਆਪਣੇ ਨਾਨੀ ਦੇ ਘਰ ਆਇਆ ਹੋਇਆ ਸੀ। ਉੱਥੇ ਹੀ ਉਹ ਆਪਣੇ ਨੌਜਵਾਨ ਸਾਥੀਆਂ ਦੇ ਨਾਲ ਨਹਿਰ ਦੇ ਵਿੱਚ ਨਹਾਉਣ ਚਲਾ ਗਿਆ। ਪਰ ਹੈਰਾਨੀ ਦੀ ਗੱਲ ਇਹ ਹੈ ਕਿ ਜਿਹੜਾ ਨੌਜਵਾਨ ਇਸ ਨਹਿਰ ਦੇ ਵਿੱਚ ਡੁੱਬਿਆ ਉਸਨੂੰ ਤੈਰਨਾ ਵੀ ਨਹੀਂ ਆਉਂਦਾ ਸੀ, ਜਿਸ ਕਾਰਨ ਉਹ ਨਹਿਰ ਦੇ ਵਿੱਚ ਡੁੱਬ ਗਿਆ। ਫਿਲਹਾਲ ਹੁਣ ਗੋਤਾਖੋਰਾਂ ਵੱਲੋਂ ਨੌਜਵਾਨ ਦੀ ਭਾਲ ਨਹਿਰ ਦੇ ਵਿੱਚੋਂ ਕੀਤੀ ਜਾ ਰਹੀ ਹੈ। ਇਹ ਬਾਬਾ ਸੀ ਕਿੱਥੇ ਉਹ ਆਪਣਾ ਪੌਲਤੇ ਜੀ ਉਹ ਢਲਵਾਂ ਗਿਆ ਸੀ ਤੇ ਉਹਨਾਂ ਨੂੰ ਛੱਡਣ ਆਇਆ ਸੀ। ਉੱਥੇ ਹੋਰ ਮੁੰਡੇ ਵੀ ਨਹਾਈ ਜਾਂਦੇ ਸੀਗੇ ਤੇ ਇਹ ਵੀ ਨਹਾਉਣ ਲੱਗ ਗਿਆ ਨਾਲ। ਹੁਣ ਤਰਨਾ ਤੁਰਨਾ ਆਉਂਦਾ ਨਹੀਂ ਸੀ, ਇਸ ਕਰਕੇ ਉਹਦੀ ਮੌਤ ਹੋ ਗਈ। ਕੱਲ੍ਹ ਵੀ ਆਈਏ ਉੱਥੇ ਕਿਹੜੇ ਮੁੰਡੇ ਸੀ, ਉਹਨਾਂ ਨੇ ਲੱਭਣ ਦੀ ਕੋਸ਼ਿਸ਼ ਕੀਤੀ। ਸਮਾਲਸਰ ਵਾਲੇ ਪਿੰਡ ਵਾਲਿਆਂ ਨੇ ਹੋਰ ਪਿੰਡਾਂ ਦੇ ਮੁੰਡੇ ਵੀ ਸੀਗੇ ਬਹੁਤ ਆਏ, ਪਰ ਨਹੀਂ ਹਜੇ ਕੋਈ ਖੈਰ ਭਲੇ ਨਹੀਂ, ਕੋਈ ਨਹੀਂ ਹਜੇ ਕੋਈ ਆਇਆ ਜੀ। ਮੈਂ ਤਾਂ ਆਇਆ ਜੀ ਲੜਕੇ, ਬਸ ਪ੍ਰਦਾਸਾਂ ਤੋਂ ਇਹ ਮੰਗ ਕਰਦੇ ਹਾਂ ਸਾਡੀ ਹੈਲਪ ਕਰਨੀ ਚਾਹੀਦੀ ਵੱਧ ਤੋਂ ਵੱਧ ਆਮ ਲੋਕਾਂ ਨੂੰ, ਪਿੰਡਾਂ ਦੇ ਮੁੰਡਿਆਂ ਨੂੰ ਜੀ ਸਾਡੀ ਪਾਲਣ 'ਚ ਮਦਦ ਕਰਨ। ਇੱਕ ਨੌਜਵਾਨ ਨਹਿਰ ਦੇ ਵਿੱਚ ਡੁੱਬ ਗਿਆ ਜੋ ਆਪਣੇ ਨਾਨਕੇ ਘਰ ਗਿਆ ਸੀ। ਨੌਜਵਾਨ ਦਾ ਨਾਮ ਮੇਵਾ ਸਿੰਘ ਹੈ ਜੋ ਆਪਣੇ ਸਾਥੀਆਂ ਨਾਲ ਨਹਿਰ ਤੇ ਨਹਾਉਣ ਗਿਆ ਸੀ, ਪਰ ਨਹਿਰ ਦੇ ਵਿੱਚ ਨਹਾਉਂਦੇ ਹੋਏ ਉਸ ਨਾਲ ਇਹ ਭਾਣਾ ਵਾਪਰ ਜਾਂਦਾ ਤੇ ਉਹ ਨਹਿਰ ਦੇ ਵਿੱਚ ਡੁੱਬ ਜਾਂਦਾ। ਡੁੱਬਣ ਕਾਰਨ ਨੌਜਵਾਨ ਹੁਣ ਲਾਪਤਾ ਹੋ ਗਿਆ, ਜਿਸ ਦੀ ਭਾਲ ਗੋਤਾਖੋਰਾਂ ਵੱਲੋਂ ਕੀਤੀ ਜਾ ਰਹੀ ਹੈ। ਇਹ ਘਟਨਾ ਮੋਗਾ ਦੇ ਬਾਗਾ ਪੁਰਾਣਾ ਦੇ ਪਿੰਡ ਸਮਾਲਸਰ ਦੇ ਕੋਲ ਤੋਂ ਸਾਹਮਣੇ ਆਈ ਹੈ, ਜਿੱਥੇ ਫੀਡਰ ਨਹਿਰ ਦੇ ਵਿੱਚ ਨੌਜਵਾਨ ਨਹਾਉਂਦੇ ਹੋਏ ਡੁੱਬ ਗਿਆ ਅਤੇ ਸਮਲਸਰ ਦੇ ਵਿੱਚ ਉਹ ਆਪਣੇ ਨਾਨੀ ਦੇ ਘਰ ਆਇਆ ਹੋਇਆ ਸੀ। ਉੱਥੇ ਹੀ ਉਹ ਆਪਣੇ ਨੌਜਵਾਨ ਸਾਥੀਆਂ ਦੇ ਨਾਲ ਨਹਿਰ ਦੇ ਵਿੱਚ ਨਹਾਉਣ ਚਲਾ ਗਿਆ। ਪਰ ਹੈਰਾਨੀ ਦੀ ਗੱਲ ਇਹ ਹੈ ਕਿ ਜਿਹੜਾ ਨੌਜਵਾਨ ਇਸ ਨਹਿਰ ਦੇ ਵਿੱਚ ਡੁੱਬਿਆ ਉਸਨੂੰ ਤੈਰਨਾ ਵੀ ਨਹੀਂ ਆਉਂਦਾ ਸੀ, ਜਿਸ ਕਾਰਨ ਉਹ ਨਹਿਰ ਦੇ ਵਿੱਚ ਡੁੱਬ ਗਿਆ। ਫਿਲਹਾਲ ਹੁਣ ਗੋਤਾਖੋਰਾਂ ਵੱਲੋਂ ਨੌਜਵਾਨ ਦੀ ਭਾਲ ਨਹਿਰ ਦੇ ਵਿੱਚੋਂ ਕੀਤੀ ਜਾ ਰਹੀ ਹੈ। ਇਹ ਬਾਬਾ ਸੀ ਕਿੱਥੇ ਉਹ ਆਪਣਾ ਪੌਲਤੇ ਜੀ ਉਹ ਢਲਵਾਂ ਗਿਆ ਸੀ ਤੇ ਉਹਨਾਂ ਨੂੰ ਛੱਡਣ ਆਇਆ ਸੀ। ਉੱਥੇ ਹੋਰ ਮੁੰਡੇ ਵੀ ਨਹਾਈ ਜਾਂਦੇ ਸੀਗੇ ਤੇ ਇਹ ਵੀ ਨਹਾਉਣ ਲੱਗ ਗਿਆ ਨਾਲ। ਹੁਣ ਤਰਨਾ ਤੁਰਨਾ ਆਉਂਦਾ ਨਹੀਂ ਸੀ, ਇਸ ਕਰਕੇ ਉਹਦੀ ਮੌਤ ਹੋ ਗਈ। ਕੱਲ੍ਹ ਵੀ ਆਈਏ ਉੱਥੇ ਕਿਹੜੇ ਮੁੰਡੇ ਸੀ, ਉਹਨਾਂ ਨੇ ਲੱਭਣ ਦੀ ਕੋਸ਼ਿਸ਼ ਕੀਤੀ। ਸਮਾਲਸਰ ਵਾਲੇ ਪਿੰਡ ਵਾਲਿਆਂ ਨੇ ਹੋਰ ਪਿੰਡਾਂ ਦੇ ਮੁੰਡੇ ਵੀ ਸੀਗੇ ਬਹੁਤ ਆਏ, ਪਰ ਨਹੀਂ ਹਜੇ ਕੋਈ ਖੈਰ ਭਲੇ ਨਹੀਂ, ਕੋਈ ਨਹੀਂ ਹਜੇ ਕੋਈ ਆਇਆ ਜੀ। ਮੈਂ ਤਾਂ ਆਇਆ ਜੀ ਲੜਕੇ, ਬਸ ਪ੍ਰਦਾਸਾਂ ਤੋਂ ਇਹ ਮੰਗ ਕਰਦੇ ਹਾਂ ਸਾਡੀ ਹੈਲਪ ਕਰਨੀ ਚਾਹੀਦੀ ਵੱਧ ਤੋਂ ਵੱਧ ਆਮ ਲੋਕਾਂ ਨੂੰ, ਪਿੰਡਾਂ ਦੇ ਮੁੰਡਿਆਂ ਨੂੰ ਜੀ ਸਾਡੀ ਪਾਲਣ 'ਚ ਮਦਦ ਕਰਨ।